ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਯੂਜੀਸੀ ਨੈਟ ਦੇ ਐਡਮਿਟ ਕਾਰਡ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਦੇਖ ਹੀ ਲਿਆ ਹੋਵੇਗਾ ਅ ਜਿਹੜੇ ਐਡਮਿਟ ਕਾਰਡ ਆ ਰਿਲੀਜ਼ ਹੋ ਚੁੱਕਿਆ ਕੱਲੇ ਰਿਲੀਜ਼ ਹੋ ਗਏ ਸੀ ਅ ਥੋੜੀ ਜੀ ਦੇਰੀ ਹੋ ਗਈ ਵੀਡੀਓ ਬਣਾਉਣ ਦੇ ਵਿੱਚ ਅ ਸੋ ਵੀਡੀਓ ਦੇ ਵਿੱਚ ਆਪਾਂ ਐਡਮਿਟ ਕਾਰਡ ਦੇ ਬਾਰੇ ਗੱਲ ਕਰਾਂਗੇ ਇਸ ਦੇ ਵਿੱਚ ਅਸੀਂ ਇਹ ਵੀ ਗੱਲ ਕਰਾਂਗੇ ਕਿ ਜਿਹੜੀਆਂ ਇਨਸਟਰਕਸ਼ਨਸ ਜਿਹੜੀਆਂ ਉਹਨਾਂ ਨੇ ਦਿੱਤੀਆਂ ਹੁੰਦੀਆਂ ਨੇ ਕਿ ਕਿਹੜੀ-ਕਿਹੜੀ ਚੀਜ਼ਾਂ ਦਾ ਜਿਹੜਾ ਤੁਸੀਂ ਧਿਆਨ ਰੱਖਣਾ ਆ ਸੈਂਟਰ ਤੇ ਪਹੁੰਚਣ ਤੇ ਠੀਕ ਹੈ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਏ ਜੋ ਇਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਾਂ ਕਿ ਤੁਸੀਂ ਐਡਮਿਟ ਕਾਰਡ ਕਿਵੇਂ ਦੇਖ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਆਫੀਸ਼ੀਅਲ ਜਿਹੜੀ ਯੂਜੀਸੀ ਨੈਟ ਐਨਟੀ ਦੀ ਸਾਈਟ ਆ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਯੂਜੀਸੀ ਨੈਟ 2024 ਕਲਿਕ ਹੇਅਰ ਟੂ ਡਾਊਨਲੋਡ ਐਡਮਿਟ ਕਾਰਡ ਠੀਕ ਹੈ ਜੀ ਜਦੋਂ ਤੁਸੀਂ ਇਹਦੇ ਤੇ ਕਲਿਕ ਕਰੋਗੇ ਠੀਕ ਹੈ ਤਾਂ ਇੱਥੇ ਤੁਸੀਂ ਆਪਣਾ ਐਪਲੀਕੇਸ਼ਨ ਨੰਬਰ ਭਰੋ ਡੇਟ ਆਫ ਬਰਥ ਮਨਥ ਈਅਰ ਤੇ ਆ ਜਿਹੜਾ ਐਂਟਰੀ ਸਿਕਿਉਰਟੀ ਪਿਨ ਆ ਇਹਨੂੰ ਤੁਸੀਂ ਐਂਟਰ ਕਰਕੇ ਸਬਮਿਟ ਕਰੋਗੇ ਤਾਂ ਤੁਹਾਡੇ ਦੇ ਕੋਲ ਜਿਹੜਾ ਆ ਤੁਹਾਡਾ ਐਡਮਿਟ ਕਾਰਡ ਓਪਨ ਹੋ ਜਾਏਗਾ ਠੀਕ ਹੈ ਜੀ ਸੋ ਐਡਮਿਟ ਕਾਰਡ ਜਿਹੜਾ ਆ ਤੁਹਾਡਾ ਕਿੱਦਾਂ ਦਾ ਹੋਵੇਗਾ ਮੈਂ ਤੁਹਾਨੂੰ ਇੱਕ ਇੱਥੇ ਦਿਖਾ ਦੇਣਾ ਇੱਕ ਸੈਂਪਲ ਕਿ ਇਹ ਇੱਕ ਐਡਮਿਟ ਕਾਰਡ ਆ ਠੀਕ ਹੈ UGC NET 2024 ਦਾ ਠੀਕ ਹੈ ਸੋ ਤੁਸੀਂ ਇਹਦੇ ਵਿੱਚ ਦੇਖ ਸਕਦੇ ਆ ਕਿ ਇਹਦੇ ਵਿੱਚ ਤੁਹਾਡੀਆਂ ਪ੍ਰੋਪਰ ਡਿਟੇਲਸ ਦਿੱਤੀਆਂ ਹੋਣਗੀਆਂ ਠੀਕ ਹੈ ਅ ਜਿਵੇਂ ਕਿ ਇਹ ਕਿਸੇ ਸਟੂਡੈਂਟ ਦਾ ਆਇਆਗਾ ਜਿਹਦੇ ਵਿੱਚ ਪ੍ਰੋਪਰ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਮੈਂਸ਼ਨ ਕੀਤਾ ਹੋਇਆ ਆ ਕਿ ਤੁਹਾਡਾ ਸਬਜੈਕਟ ਕਿਹੜਾ ਆ ਹੈਨਾ ਕਿਹੜੀ ਤਰੀਕ ਨੂੰ ਐਗਜ਼ਾਮ ਆ ਠੀਕ ਹੈ ਰਿਪੋਰਟਿੰਗ ਟਾਈਮ ਕਿੰਨਾ ਆ ਠੀਕ ਹੈ ਔਰ ਹਾਂ ਇੱਥੇ ਮੈਂ ਨਾਲ-ਨਾਲ ਤੁਹਾਨੂੰ ਜਿਹੜੀ ਇਹ ਜ਼ਰੂਰ ਦੱਸ ਦਵਾਂ ਕਿ ਤੁਸੀਂ ਕਿਹੜੇ ਚੀਜ਼ਾਂ ਦਾ ਧਿਆਨ ਰੱਖਣਾ ਆ ਦੇਖੋ ਜਿਹੜੀ ਫਰਸਟ ਸ਼ਿਫਟ ਆ ਉਹਦੇ ਵਿੱਚ ਜਿਹੜਾ ਆ ਪੇਪਰ 9:30 ਵਜੇ ਦੀ ਉਹਦੀ ਟਾਈਮਿੰਗ ਹੈ ਰਿਪੋਰਟਿੰਗ ਟਾਈਮ ਉਹਨਾਂ ਨੇ ਜਿਹੜਾ ਆ 7:30 ਲਿਖਿਆ ਹੈ ਠੀਕ ਹੈ ਜੀ ਗੇਟ ক্লোজিং 9 ਠੀਕ ਹੈ ਜੀ ਕੋਸ਼ਿਸ਼ ਤਾਂ ਵੈਸੇ ਇਹੀ ਕਰੋ ਕਿ ਤੁਸੀਂ ਜਿਹੜਾ ਜਿਹੜਾ ਰਿਪੋਰਟਿੰਗ ਟਾਈਮ ਆ ਤੁਸੀਂ ਰਿਪੋਰਟਿੰਗ ਟਾਈਮ ਤੱਕ ਜਿਹੜਾ ਆ ਜ਼ਰੂਰ ਪਹੁੰਚ ਜਾਓ ਪਰ ਕਈ ਵਾਰ ਕੁਝ ਸਟੂਡੈਂਟਸ ਜਿਹੜੇ ਦੂਰੋਂ ਆਉਂਦੇ ਨੇ ਉਹਨਾਂ ਨੂੰ ਮੈਂ ਕਹਾਂਗਾ ਕਿ ਉਹ ਤੁਸੀਂ ਰਿਪੋਰਟਿੰਗ ਟਾਈਮ ਤੱਕ ਪਹੁੰਚ ਜਾਓ ਠੀਕ ਹੈ ਨੇੜੇ ਜਿਹੜੇ ਰਹਿੰਦੇ ਨੇ ਠੀਕ ਹੈ ਉਹ ਵੀ ਪਹੁੰਚਣ ਪਰ ਇੱਕ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਕਿ 9 ਵਜੇ ਤੋਂ ਲੇਟ ਨਹੀਂ ਹੋਣਾ ਠੀਕ ਹੈ ਲੇਟ ਨਹੀਂ ਹੋਣਾ ਕਿਉਂ ਕਿ ਇੱਕ ਵਾਰ ਗੇਟ ক্লোਜ਼ ਹੋ ਗਿਆ ਤੇ ਫਿਰ ਤੁਹਾਨੂੰ ਜਿਹੜੀ ਇਹ ਮੁਸ਼ਕਲ ਆਣੀ ਹੈ ਤੁਹਾਨੂੰ ਅੰਦਰ ਉਹਨਾਂ ਨੇ ਨਹੀਂ ਜਾਣ ਦੇਣਾ ਠੀਕ ਹੈ ਜੀ ਇਹ ਹਰੇਕ ਦਾ ਇੱਕ ਜਿਹੜਾ ਆ ਆਪਣਾ ਇੱਕ ਰੂਲਸ ਹੁੰਦੇ ਆ ਠੀਕ ਹੈ ਸੋ ਤੁਸੀਂ 9 ਤੋਂ ਲੇਟ ਨਹੀਂ ਹੋਣਾ 8 ਵਜੇ ਤੱਕ ਵੀ ਤੁਸੀਂ ਪਹੁੰਚ ਸਕਦੇ ਆ ਠੀਕ ਹੈ ਅਗਰ 7:30 ਵਜੇ ਰਿਪੋਰਟਿੰਗ ਟਾਈਮ ਹੈ ਪਰ 9 ਵਜੇ ਤੱਕ ਤੁਸੀਂ ਅ ਮਤਲਬ ਉਹ ਤੋਂ ਪਹਿਲਾਂ ਪਹਿਲਾਂ ਜਿਹੜੇ ਜ਼ਰੂਰ ਪਹੁੰਚਣੇ ਚਾਹੀਦੇ ਹੂੰ ਠੀਕ ਹੈ ਜੀ ਕਈ ਵਾਰ ਕਿਸੇ ਜ਼ਰੂਰ ਮੈਂ ਤੇ ਕਹਾਂਗਾ ਤੁਸੀਂ 7:30 ਹੀ ਪਹੁੰਚੋ ਪਰ ਕਈ ਦੂਰੋਂ ਆਉਂਦੇ ਨੇ ਠੀਕ ਹੈ ਕਈ ਵਾਰ ਕਈ ਐਕਸਪੀਰੀਐਂਸ ਹੁੰਦੇ ਨੇ ਕਈ ਵਾਰ ਨਹੀਂ ਬੱਚਾ ਪਹੁੰਚ ਪਾਂਦਾ ਤੇ ਇਸ ਲਈ ਹੈ ਕਿ ਆਪਣਾ ਉਸ ਹਿਸਾਬ ਨਾਲ ਜਿਹੜਾ ਆਪਣਾ ਜ਼ਰੂਰ ਜਿਹੜਾ ਟਾਈਮਿੰਗ ਤੁਸੀਂ ਆਪਣੀ ਧਿਆਨ ਚ ਰੱਖਣਾ ਠੀਕ ਹੈ ਜੀ ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜੇ ਕਿਹੜੀ-ਕਿਹੜੀਆਂ ਚੀਜ਼ਾਂ ਦੀ ਜਿਹੜੀ ਸਾਨੂੰ ਲੋੜ ਆ ਠੀਕ ਹੈ ਜੀ ਉਹ ਤੁਸੀਂ ਧਿਆਨ ਰੱਖਣਾ ਹੈ ਇਦੇ ਵਿੱਚ ਇੱਥੇ ਕੁਝ ਇਹ ਤਾਂ ਲਿਖਿਆ ਹੋਇਆ ਆ ਕਿ ਕੈਂਡੀਡੇਟ ਸ਼ੁੱਡ ਐਨਸ਼ੋਰਡ ਥੈਟ ਕੁਐਸਚਨ ਪੇਪਰ ਇਜ਼ ਹੈ ਜਦੋਂ ਤੁਹਾਨੂੰ ਕੁਐਸਚਨ ਪੇਪਰ ਮਿਲਣਾ ਆ ਤੁਸੀਂ ਇਹ ਜ਼ਰੂਰ ਧਿਆਨ ਰੱਖਣਾ ਹੈ ਠੀਕ ਹੈ ਕਿ ਉਹਦੇ ਉੱਤੇ ਜੋ ਤੁਹਾਡਾ ਐਗਜ਼ਾਮ ਹੈਗਾ ਆ ਉਹ ਉੱਤੇ ਮੈਂਸ਼ਨ ਹੈਗਾ ਜਿਵੇਂ ਮੰਨ ਲਓ ਪੰਜਾਬੀ ਦਾ ਪੇਪਰ ਆ ਕੀ ਕੁਐਸਚਨ ਪੇਪਰ ਦੇ ਉੱਤੇ ਪੰਜਾਬੀ ਜਿਹੜਾ ਲਿਖਿਆ ਹੋਇਆ ਜਿਵੇਂ ਲਿਖਿਆ ਨਾ ਕੁਐਸਚਨ ਪੇਪਰ ਇਜ਼ ਐਜ਼ ਪਰ ਇਸ ਆਪਟਿਡ ਸਬਜੈਕਟ ਇੰਡੀਕੇਟਿਡ ਇਨ ਐਡਮਿਟ ਕਾਰ ਠੀਕ ਹੈ ਕਿ ਜੋ ਐਡਮਿਟ ਕਾਰ ਤੇ ਤੁਹਾਡਾ ਸਬਜੈਕਟ ਹੈ ਉਹੀ ਕੁਐਸਚਨ ਪੇਪਰ ਦੇ ਉੱਤੇ ਲਿਖਿਆ ਹੋਇਆ ਹੈ ਠੀਕ ਹੈ ਅਗਰ ਨਹੀਂ ਲਿਖਿਆ ਹੋਇਆ ਤੇ ਨਾਲ ਦੀ ਨਾਲ ਜਿਹੜਾ ਤੁਹਾਡਾ ਉੱਥੇ ਡਿਊਟੀ ਦੇ ਰਹੇ ਹੋਣਗੇ ਜਿਹੜੇ ਉੱਥੇ ਤਾਂ ਤੁਸੀਂ ਉਹਨਾਂ ਦੇ ਨਾਲ ਜਿਹੜਾ ਆ ਕੰਸਰਨ ਕਰਨਾ ਹੈ ਠੀਕ ਹੈ ਜੀ ਸੋ ਇੱਕ ਇਹੀ ਚੀਜ਼ ਲਿਖੀ ਹੋਈ ਆ ਕਿ ਗੇਟ ক্লোਜ਼ਰ ਤੋਂ ਪਹਿਲਾਂ ਪਹਿਲਾਂ ਤੁਸੀਂ ਪਹੁੰਚਣਾ ਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਅੰਦਰ ਐਂਟਰ ਨਹੀਂ ਕਰਨ ਦੇਣਾ ਠੀਕ ਹੈ ਤੇ ਉਸ ਤੋਂ ਬਾਅਦ ਆ 셀ਫ ਡੈਕਲੇਸ਼ਨ ਜਿਹੜਾ ਹੈ ਤੁਸੀਂ ਇੱਕ ਵਾਰ ਫਿਲ ਕਰ ਦੇਣਾ ਠੀਕ ਹੈ ਜੀ ਇੱਕ ਚੀਜ਼ ਹੋਰ ਅ ਅਗਰ ਤੁਸੀਂ ਟਾਈਮ ਬਚਾਉਣਾ ਆ ਠੀਕ ਹੈ ਟਾਈਮ ਬਚਾਉਣ ਲਈ ਮੈਂ ਗੱਲ ਕਰ ਰਿਹਾ ਕਿ ਅਗਰ ਤੁਹਾਡੇ ਕੋਲ ਇੱਕ ਜੋ ਸਟੈਂਪ ਲਾਉਣ ਵਾਲਾ ਇੱਕ ਹੁੰਦਾ ਆ ਠੀਕ ਹੈ ਅਗਰ ਉਹ ਹੈ ਤਾਂ ਤੁਸੀਂ ਇਹ ਜਗ੍ਹਾ ਦੇ ਉੱਤੇ ਠੀਕ ਹੈ ਇਹ ਜਗ੍ਹਾ ਦੇ ਉੱਤੇ ਆਪਣਾ ਲੈਫਟ ਥੰਬ ਜਿਹੜਾ ਆ ਉਹ ਉਹਦਾ ਇੰਪ੍ਰੈਸ਼ਨ ਜਿਹੜਾ ਆ ਪਹਿਲੇ ਹੀ ਤੁਸੀਂ ਘਰੋਂ ਲਗਾ ਸਕਦੇ ਆ ਜੇਕਰ ਤੁਹਾਡੇ ਕੋਲ ਉਹ ਹੈ ਬਾਕੀ ਉੱਥੇ ਵੀ ਤੁਹਾਨੂੰ ਆਪਸ਼ਨ ਮਿਲ ਜਾਂਦੀ ਹੈ ਬਾਕੀ ਉੱਥੇ ਫਿਰ ਟਾਈਮ ਵੇਸ ਦੀ ਗੱਲ ਹੁੰਦੀ ਹੈ ਠੀਕ ਹੈ ਅਗਰ ਵਾਲੇ ਜ਼ਿਆਦਾਤਰ ਤਾਂ ਉੱਥੇ ਕਈ ਵਾਰ ਬੈਠ ਬੈਡ ਜਾਂਦੇ ਤੁਸੀਂ ਹਾਲ ਦੇ ਵਿੱਚ ਉਦੋਂ ਵੀ ਲੱਗ ਜਾਂਦਾ ਪਰ ਅਗਰ ਤੁਹਾਡੇ ਕੋਲ ਉਹ ਹੈ ਤਾਂ ਤੁਸੀਂ ਅਗਰ ਡਾਊਨਲੋਡ ਤੁਸੀਂ ਕਰ ਲਿਆ ਹੋਇਆ ਉਹਦੀ ਕਾਪੀ ਤੁਸੀਂ ਕਢਾ ਲਈ ਹੋਈ ਹੈ ਫੋਟੋਕਾਪੀ ਤਾਂ ਉੱਥੇ ਤੁਸੀਂ ਲੈਫਟ ਥੰਬ ਜਿਹੜਾ ਆ ਪਹਿਲਾਂ ਹੀ ਤੁਸੀਂ ਉੱਥੇ ਲਗਾ ਸਕਦੇ ਆ ਠੀਕ ਹੈ ਇਹ ਇੱਥੇ ਸਾਈਨ ਜਿਹੜਾ ਆ ਤੁਹਾਡਾ ਉੱਥੇ ਹਾਲ ਦੇ ਵਿੱਚ ਹੋਣਾ ਤੇ ਇੱਥੇ ਤੁਸੀਂ ਫੋਟੋ ਵੀ ਜਿਹੜੀ ਆਪਣੀ ਲਗਾਣੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਨਸਟਰਕਸ਼ਨਸ ਦੀ ਅਗਰ ਗੱਲ ਕਰੀਏ ਤਾਂ ਇਹ ਜਿਹੜੀ ਜ਼ਰੂਰੀ ਚੀਜ਼ ਹੈ ਜਿਹੜੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਇੱਕ ਇੰਪੋਰਟੈਂਟ ਪਹਿਲੇ ਨੰਬਰ ਤੇ ਹੈ ਕਿ ਜਿਹੜੇ ਪੀਡਬਲਿਟੀ ਕੈਂਡੀਡੇਟ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਡਿਸੇਬਿਲਿਟੀ ਆ ਠੀਕ ਹੈ ਤਾਂ ਉਹਨਾਂ ਨੂੰ ਜਿਹੜਾ ਆ 20 ਮਿੰਟ ਦਾ ਜਿਹੜਾ ਟਾਈਮ ਐਕਸਟਰਾ ਮਿਲਦਾ ਆ ਠੀਕ ਹੈ ਜੀ ਸੋ ਉਹਨਾਂ ਲਈ ਇੱਕ ਆਪਸ਼ਨ ਹੁੰਦੀ ਹੈ ਠੀਕ ਹੈ ਸੋ ਬਾਕੀ ਜਿਹੜੀਆਂ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨੇ ਉਹ ਤੁਸੀਂ ਜਿਹੜੀਆਂ ਦੇਖ ਸਕਦੇ ਮੈਂ ਹਾਈਲਾਈਟ ਕੀਤੀਆਂ ਹੋਈਆਂ ਆਲਰੇਡੀ ਪਹਿਲੀ ਚੀਜ਼ ਕਿ ਐਡਮਿਟ ਕਾਰਡ ਜਿਹੜਾ ਆ ਤੁਸੀਂ ਸਾਰੇ ਨੇ ਜਿਹੜਾ ਆਪਣਾ ਡਾਊਨਲੋਡ ਕਰ ਲੈਣਾ ਉਹਦੀ ਜਿਹੜੀ ਕਾਪੀ ਆ ਤੁਸੀਂ ਕਢਾ ਲੈਣੀ ਉਹ ਤੁਹਾਡਾ ਟਾਈਮ ਤੇ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਆ 7 ਪੁਆਇੰਟ ਕਿ ਐਡਮਿਟ ਕਾਰਡ ਦੇ ਵਿੱਚ ਤੁਹਾਡੇ ਤਿੰਨ ਪੇਜੀਸ ਆ ਠੀਕ ਹੈ ਤੇ ਤਿੰਨੇ ਪੇजेस ਤੁਸੀਂ ਕਢਾ ਕੇ ਲੈ ਕੇ ਜਾਣੇ ਆ ਠੀਕ ਹੈ ਪਹਿਲਾ ਪੇਜ ਤਾਂ ਜਿਹਦੇ ਤੇ ਐਡਮਿਟ ਕਾਰਡ ਲਿਖਿਆ ਹੋਇਆ ਉੱਤੇ ਇਨਸਟਰਕਸ਼ਨਸ ਵਗੈਰਾ ਦੂਜੇ ਤੇ ਵੀ ਇੱਕ ਤੀਸਰਾ ਪੇਜ ਆ ਜਿਹੜਾ ਹੈ ਡੈਕਲੇਰੇਸ਼ਨ ਫਰਮ ਨਾਨ ਆਧਾਰ ਕੈਂਡੀਡੇਟ ਠੀਕ ਹੈ ਜਿਨ੍ਹਾਂ ਨੇ ਫਾਰਮ ਫਿਲ ਕਰਨ ਵੇਲੇ ਆਪਣਾ ਆਧਾਰ ਕਾਰਡ ਜਿਹੜਾ ਉਹ ਉੱਥੇ ਆਪਣਾ ਨੰਬਰ ਆਧਾਰ ਕਾਰਡ ਵਾਲਾ ਉੱਥੇ ਨਹੀਂ ਫਿਲ ਕੀਤਾ ਸੀ ਤਾਂ ਉਹਨਾਂ ਨੇ ਇਹ ਵਾਲਾ ਜਿਹੜਾ ਫਾਰਮ ਆ ਜ਼ਰੂਰ ਭਰਨਾ ਆ ਤੁਸੀਂ ਤੁਸੀਂ ਦੇਖ ਸਕਦੇ ਆ ਆਹ ਵਾਲਾ ਜਿਹੜਾ ਡੈਕਲੇਰੇਸ਼ਨ ਫਾਰਮ ਆ ਠੀਕ ਹੈ ਜੀ ਡੈਕੋਰੇਸ਼ਨ ਫਰਮ ਨਾਨ ਆਧਾਰ ਕੈਂਡੀਡੇਟਸ ਠੀਕ ਹੈ ਜੀ ਉਸ ਤੋਂ ਗਿਆ ਇਹਦਾ ਜੀ ਐਡਮਿਟ ਕਾਰਡ ਇਜ਼ ਪ੍ਰੋਵੀਜ਼ਨਲ ਠੀਕ ਹੈ ਹਾਂ ਇਹਦੇ ਵਿੱਚ ਤਾਂ ਕੋਈ ਚੱਕ ਇੰਨਾ ਚੱਕਰ ਨਹੀਂ ਤੁਹਾਡਾ ਤੁਸੀਂ ਲੈ ਕੇ ਹੀ ਜਾਣਾ ਹੈ ਠੀਕ ਹੈ ਅਗਰ ਜਿਹੜੇ ਨੇੜੇ ਤੇੜੇ ਕੈਂਡੀਡੇਟ ਆ ਉਹ ਇੱਕ ਵਾਰ ਪਹਿਲਾਂ ਵਿਜ਼ਿਟ ਕਰਕੇ ਆਪਣਾ ਟੈਸਟ ਜਿਹੜਾ ਸੈਂਟਰ ਉਹ ਦੇਖ ਸਕਦੇ ਆ ਠੀਕ ਹੈ 10ਵਾਂ ਪੁਆਇੰਟ ਆ ਇਫ ਰਿਲੀਜੀਅਨ ਕਸਟਮਸ ਅਗਰ ਤੁਸੀਂ ਕਿਸੇ ਧਰਮ ਦੇ ਨੂੰ ਬਿਲੋਂਗ ਕਰਦੇ ਆ ਠੀਕ ਹੈ ਤਾਂ ਉਸ ਦੀ ਕੋਈ ਖਾਸ ਡਰੈਸ ਹੁੰਦੀ ਆ ਫਾਰ ਇਗਜ਼ਾਮਪਲ ਅਗਰ ਅਗਰ ਕੋਈ ਸਿੱਖ ਹੈ ਤਾਂ ਅਗਰ ਉਸਨੇ ਅੰਮ੍ਰਿਤ ਛਕਾਇਆ ਹੈ ਤਾਂ ਉਸ ਦੇ ਕਈ ਉਹ ਉਸਨੇ ਚੀਜ਼ਾਂ ਉਹਦੀਆਂ ਹੁੰਦੀਆਂ ਨੇ ਸਿੰਬल्स ਹੁੰਦੇ ਨੇ ਠੀਕ ਹੈ ਤਾਂ ਉਹ ਜਿਹੜਾ ਆ ਉਹ ਪਹਿਲਾਂ ਥੋੜਾ ਜਿਹਾ ਜਾ ਕੇ ਉੱਥੇ ਜਿਹੜਾ ਵਿਜ਼ਿਟ ਕਰਨ ਤਾਂ ਕਿ ਉਹ ਫਿਰ ਚੈੱਕ ਆ ਵਗੈਰਾ ਜਿਹੜਾ ਟਾਈਮ ਤੁਹਾਡਾ ਖਰਾਬ ਨਾ ਹੋਵੇ ਠੀਕ ਹੈ ਜੀ ਐਡਮਿਟ ਕਾਰਡ ਤੋਂ ਬਿਨਾ ਤੁਹਾਡਾ ਜਿਹੜਾ ਆ ਅੰਦਰ ਤੁਹਾਨੂੰ ਨਾ ਨਹੀਂ ਜਾਣ ਦੇਣਾ ਪਲੱਸ ਨਾਲ ਜਿਹੜਾ ਤੁਹਾਡਾ ਕੋਈ ਵੈਲਿਡ ਵੈਲਿਡ ਆਈਡੀ ਪ੍ਰੂਫ ਜਿਹੜਾ ਆ ਉਹ ਤੁਸੀਂ ਜ਼ਰੂਰ ਨਾਲ ਲੈ ਕੇ ਜਾਣਾ ਠੀਕ ਹੈ ਜਿਹਦੇ ਉੱਤੇ ਪ੍ਰੋਪਰ ਮੈਂ ਇੱਕ ਇੱਥੇ ਮੈਂਸ਼ਨ ਕਰਦਾ ਜਿਸ ਉੱਤੇ ਪ੍ਰੋਪਰ ਤੁਹਾਡਾ ਨੇਮ ਤੁਹਾਡਾ ਐਡਰੈਸ ਔਰ ਤੁਹਾਡਾ ਜਿਹੜਾ ਆ ਡੇਟ ਆਫ ਬਰਥ ਆ ਉਹ ਪ੍ਰੋਪਰ ਉੱਤੇ ਉੱਤੇ ਮੈਂਸ਼ਨ ਹੋਣਾ ਚਾਹੀਦਾ ਆ ਠੀਕ ਹੈ ਜੀ ਉਸ ਤੋਂ ਅੱਗੇ ਆ ਕਿ ਅੰਦਰ ਤੁਸੀਂ ਜਿਹੜੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈ ਕੇ ਜਾ ਸਕਦੇ ਆ ਠੀਕ ਹੈ ਜੀ ਜਦੋਂ ਤੁਸੀਂ ਹਾਲ ਦੇ ਅੰਦਰ ਬੈਠਣਾ ਦੇਖੋ ਗਰਮੀ ਦਾ ਜਿਹੜਾ ਮੌਸਮ ਆ ਉਹ ਬਹੁਤ ਜਿਹੜਾ ਆ ਜ਼ਿਆਦਾ ਆ ਠੀਕ ਹੈ ਸੋ ਤੁਸੀਂ ਜਿਹੜਾ ਆ ਸਭ ਤੋਂ ਪਹਿਲਾਂ ਅੰਦਰ ਜੜੀਆਂ ਇੱਕ ਪਰਸਨਲ ਜੜੀ ਤੁਸੀਂ ਵਾਟਰ ਬੋਟਲ ਲਿਜਾ ਸਕਦੇ ਹੋ ਠੀਕ ਹੈ ਪਰਸਨਲ ਟਰਾਂਸਪੇਰੈਂਟ ਵਾਟਰ ਬੋਟਲ ਦੂਜੀ ਨੰਬਰ ਤੇ ਤੁਸੀਂ ਡਾਊਨਲੋਡ ਜੜਾ ਤੁਹਾਡਾ ਐਡਮਿਟ ਕਾਰਡ ਕਿਤਾ ਪ੍ਰਿੰਟ ਆਊਟ ਉਹ ਤੁਸੀਂ ਪ੍ਰੋਪਰ ਘਟਾਣਾ ਹੈ ਠੀਕ ਹੈ ਤੀਸਰੇ ਨੰਬਰ ਤੇ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਤੁਹਾਨੂੰ ਚਾਹੀਦੀਆਂ ਹਨ オリジナル ਵੈਲਿਡ ਆਈਡੀ ਪ੍ਰੂਫ ਚਾਹੀਦਾ ਦੇਖੋ ਆ ਚਾਰ ਚੀਜ਼ਾਂ ਇਹ ਚਾਰ ਚੀਜ਼ਾਂ ਦੇ ਵਿੱਚੋਂ ਜੜੀਆਂ ਮੈਟਨਿਕ ਕਾਰ ਦੁਆਰਾ ਦਾਸਤਵਾ ਇਹਨਾਂ ਚਾਰ ਚੀਜ਼ਾਂ ਦੇ ਵਿੱਚੋਂ ਜੜੀਆਂ ਲਾ ਤੇ ਨੀ ਚੀਜ਼ਾਂ ਆ ਬੀ ਔਰ ਸੀ ਇਹ ਤਾਂ ਮੋਸਟ ਇੰਪੋਰਟੈਂਟ ਆ ਇਸ ਤੋਂ ਬਿਨਾ ਤੁਹਾਡਾ ਪੇਪਰ ਨਹੀਂ ਹੋ ਸਕਦਾ ਠੀਕ ਹੈ ਜੀ ਵਾਟਰ ਬੋਟਲ ਨਾ ਵੀ ਹੋਵੇ ਉਹਦਾ ਕੋਈ ਨਹੀਂ ਉੱਥੇ ਸਾਡੀ ਪਰਸਨਲ ਚੁਆਇਸ ਆ ਠੀਕ ਹੈ ਪਰ ਗਰਮੀ ਬਹੁਤ ਹੈ ਵਾਟਰ ਬੋਟਲ ਜਿਹੜੀ ਤੁਸੀਂ ਜ਼ਰੂਰ ਨਾਲ ਲੈ ਕੇ ਜਾਓ ਠੀਕ ਹੈ ਤਾਂ ਐਡਮਿਟ ਕਾਰਡ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਔਰ ਵੈਲਿਡ origignal ID ਪ੍ਰੂਫ ਇਹ ਤਾਂ ਤੁਹਾਡਾ ਜ਼ਰੂਰ ਤੁਸੀਂ ਨਾਲ ਲੈ ਕੇ ਜਾਣੇ ਜਾਣਾ ਠੀਕ ਹੈ ਜੀ ਆ ਵਾਲੀ ਪੁਆਇੰਟ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਜਿਹੜਾ ਤੁਸੀਂ ਲੈਫਟ ਥੰਬ ਦਾ ਇੰਪ੍ਰੈਸ਼ਨ ਲਗਾਣਾ ਹੈ ਠੀਕ ਹੈ ਕੈਂਡੀਡੇਟ ਮਸਟ ਕੈਰੀ origignal id proof ਦੇ ਵਿੱਚ ਕੀ ਕੀ ਹੋ ਜਾਣਾ ਚਾਹੀਦਾ ਤੁਹਾਡਾ ਪੈਨ ਕਾਰਡ ਹੋ ਸਕਦਾ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਪਾਸਪੋਰਟ ਆਧਾਰ ਕਾਰਡ ਵਿਦ ਫੋਟੋਗ੍ਰਾਫ ਠੀਕ ਹੈ ਤੇ ਵਿਦ ਜਿਹੜੀਆਂ ਆ ਤੁਹਾਡੇ ਉਹਦੇ ਵਿੱਚ ਪ੍ਰੋਪਰ ਉਹਦੀ ਜਿਹੜੀਆਂ ਮੈਂਸ਼ਨ ਹੋਵੇ ਸਾਰੀਆਂ ਠੀਕ ਹੈ ਜੀ ਉਸ ਤੋਂਗੇ ਆਇੰਦਾ ਆ ਕੋਈ ਵੀ ਤਾਨੂੰ ਇਲੈਕਟ੍ਰੋਨਿਕ ਉਮੀਦ ਹੈ ਤੁਹਾਨੂੰ ਇਹ ਚੀਜ਼ ਆ ਪਤਾ ਹੀ ਹੋਏਗੀ ਪਰ ਜਿਹੜੇ ਨਵੇਂ ਇਸ ਵਰ ਪੇਪਰ ਦੇਣ ਜਾ ਰਹੇ ਉਹਨਾਂ ਲਈ ਇਹ ਹੈ ਕਿ ਇਲੈਕਟ੍ਰੋਨਿਕ ਡਿਵਾਈਸ ਕੋਈ ਵੀ ਅਲਾਉਡ ਨਹੀਂ ਹੁੰਦਾ ਮੋਬਾਈਲ ਫੋਨਸ ਮੈਂ ਕਮਾਂਗ ਮੋਬਾਈਲ ਫੋਨ ਦਾ ਨਾਮ ਲੈ ਕੇ ਜਾਉ ਪਰ ਅਗਰ ਕਈ ਬੱਚੇ ਦੂਰੋਂ ਆਉਂਦੇ ਨੇ ਜ਼ਰੂਰੀ ਹੁੰਦਾ ਫੋਨ ਲੈ ਜਾਣਾ ਤਾਂ ਉਹ ਆਪਣਾ ਬੈਗਸ ਵਗੈਰਾ ਲੈ ਕੇ ਆਉਂਦੇ ਨੇ ਤਾਂ ਉੱਥੇ ਥੋੜਾ ਜਿਹਾ بس ਟਾਈਮਿੰਗ ਦਾ ਇਸ਼ੂ ਆਉਂਦਾ ਹੈ ਸੋ ਜਿਨ੍ਹਾਂ ਨੇ ਆਪਣਾ ਬੈਗ ਲੈ ਕੇ ਜਾਣਾ ਉਹ ਟਾਈਮ ਤੱਕ ਪਹਿਲਾਂ ਹੀ ਜੜਾ ਉਹ ਜ਼ਰੂਰ ਪਹੁੰਚੋ ਕਿਉਂਕਿ ਉੱਥੇ ਫਿਰ ਡਿਪੋਜ਼ਿਟ ਕਰਾਉਣ ਦੇ ਵਿੱਚ ਜੜਾ ਕਾਫੀ ਟਾਈਮ ਕੰਜ਼ਿਊਮ ਜੜਾ ਉਹ ਹੁੰਦਾ ਹੈ ਠੀਕ ਹੈ ਜੀ ਸੋ ਫੋਨ ਵਸ ਵਗੈਰਾ ਤੁਸੀਂ ਉਹਦੇ ਵਿੱਚ ਆਪਣਾ ਰੱਖ ਸਕਦੇ ਆ ਅੰਦਰ ਕੋਈ ਵੀ ਇਲੈਕਟ੍ਰੋਨਿਕ ਚੀਜ਼ ਲੈਣ ਦੀ ਜ਼ਰੂਰਤ ਨਹੀਂ ਹੈਗੀ ਵਾਚ ਹੋ ਗਈ ਕੈਲਕੂਲੇਟਰ ਹੋ ਗਿਆ ਇੱਦਾਂ ਦਾ ਕੁਝ ਨਹੀਂ ਤੁਸੀਂ ਲੈ ਜਾ ਸਕਦੇ ਠੀਕ ਹੈ ਜੀ ਸੋ 17 ਪੁਆਇੰਟ ਆ ਕਿ ਸ਼ੂਜ਼ ਫੁੱਟਵੇਅਰ ਵਿਦ ਥਿਕ ਸੋਲਸ ਔਰ ਗਾਰਮ ਐਂਡ ਗਾਰਮੈਂਟਸ ਵਿਦ ਲਾਰਜ ਬਟਨ ਆਰ ਨਾਟ ਅਲਾਉਡ ਠੀਕ ਹੈ ਤੁਸੀਂ ਸ਼ੂਜ਼ ਪਾ ਕੇ ਜਾਣੇ ਆ ਤਾਂ ਨਾਰਮਲ ਤੁਸੀਂ ਵੇਅਰ ਕਰਕੇ ਜਾਓ ਆਪਣੇ ਕੱਪੜੇ ਵੀ ਸਿੰਪਲ ਕੱਪੜੇ ਹੋਣ ਠੀਕ ਹੈ ਆ ਜਿਹੜੇ ਗਾਰਮੈਂਟਸ ਆ ਵੱਡੇ ਵੱਡੇ ਉਤੇ ਬਟਨ ਨਾ ਹੋਣ ਠੀਕ ਹੈ ਜਿਹੜੇ ਤੁਹਾਡੇ ਸ਼ੂਜ਼ ਆ ਉਹਦੇ ਜਿਹੜੇ ਸੋਲ ਆ ਹਨਾ ਤਾਂ ਜਿਹੜੇ ਉਹ ਬਹੁਤ ਜ਼ਿਆਦਾ ਵੱਡੀ ਨਾ ਹੋਵੇ ਠੀਕ ਹੈ ਕਾਰਨ ਕੁਝ ਨਹੀਂ ਹੈ ਟਾਈਮ ਵੇਸਟ ਹੁੰਦਾ ਹੈ ਅਗਰ ਉਹਨਾਂ ਨੂੰ ਸ਼ੱਕ ਹੋਏ ਤਾਂ ਉਹ ਫੇਰ ਤੁਹਾਡਾ ਚੈਕਿੰਗ ਵਗੈਰਾ ਕਰ ਦੇਣੇ ਸੋ ਨਾਰਮਲ ਵੇਅਰ ਆਪਣਾ ਕਰਕੇ ਜਾਓ ਬਾਕੀ ਕੋਈ ਜਿਹੜੀ ਚਿੰਤਾ ਦੀ ਗੱਲ ਨਹੀਂ ਹੈਗੀ ਠੀਕ ਹੈ ਜੀ ਸੋ ਆਪਣਾ ਜਿਹੜੀਆਂ ਬਲੈਂਕ ਸ਼ੀਟਸ ਆ ਉਹ ਤੁਹਾਨੂੰ ਉੱਥੇ ਜਿਹੜੀਆਂ ਆ ਆਪ ਹੀ ਉਹ ਪ੍ਰੋਵਾਈਡ ਕਰਨਗੇ ਠੀਕ ਹੈ ਜੀ ਹੋਰ ਬਾਕੀ ਇਹ ਇਹ ਸੀਗੀਆਂ ਇੰਪੋਰਟੈਂਟ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ ਠੀਕ ਹੈ ਸੋ ਮੈਂ ਇੱਕ ਵਾਰ ਹੋਰ ਜਿਹੜਾ ਰਿਪੀਟ ਕਰ ਦਵਾ ਕਿ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਆ ਠੀਕ ਹੈ ਤੁਹਾਡਾ ਜਿਹੜਾ ਐਡਮਿਟ ਕਾਰਡ ਆ ਠੀਕ ਹੈ ਇਹਦੀ ਜਿਹੜਾ ਪ੍ਰਿੰਟ ਆਊਟ ਤੁਸੀਂ ਕਢਾਣਾ ਹੈ ਠੀਕ ਹੈ ਦੂਜੇ ਨੰਬਰ ਤੇ ਜਿਹੜਾ ਤੁਹਾਡਾ ਇੱਕ オリジナル ਆਈਡੀ ਪ੍ਰੂਫ ਇਹ ਤੁਸੀਂ ਨਾਲ ਰੱਖਣਾ ਹੈ ਤੀਸਰਾ ਦੋ ਜੜੀਆਂ ਆ ਫੋਟੋਗ੍ਰਾਫ ਦੇਖੋ ਇਹਨਾਂ ਤਿੰਨਾਂ ਤੋਂ ਬਿਨਾ ਤੁਹਾਡਾ ਐਗਜ਼ਾਮ ਹੋਣਾ ਮੁਸ਼ਕਲ ਹੈ ਇਹ ਤਿੰਨੋਂ ਚੀਜ਼ਾਂ ਤਾਂ ਹੋਣੀਆਂ ਹੀ ਚਾਹੀਦੀਆਂ ਅਗਰ ਤੁਸੀਂ ਐਗਜ਼ਾਮ ਹਾਲ ਦੇ ਅੰਦਰ ਬੈਠਣਾ ਹੈ ਠੀਕ ਹੈ ਜੀ ਸੋ ਉਸ ਤੋਂ ਇਲਾਵਾ ਤੁਸੀਂ ਜਿਹੜਾ ਆ ਮੈਂ ਤੁਹਾਨੂੰ ਦੱਸਦਾ ਆ ਕਿ ਸਿਰਫ ਵਾਟਰ ਬੋਟਲ ਤੁਸੀਂ ਅੰਦਰ ਲਿਜਾ ਸਕਦੇ ਆ ਠੀਕ ਹੈ ਔਰ ਹੋਰ ਕੋਈ ਚੀਜ਼ ਵੀ ਜਿਹੜੀ ਤੁਸੀਂ ਨਹੀਂ ਲਿਜਾ ਸਕਦੇ ਅਗਰ ਕਿਸੇ ਕੋਲ ਬੈਕ ਕਿਸ ਨੇ ਲੈ ਕੇ ਜਾਣਾ ਹੈ ਉਹ ਮੋਬਾਈਲ ਫੋਨਸ ਵਗੈਰਾ ਪਰਸ ਵਗੈਰਾ ਲੈ ਕੇ ਜਾਣਾ ਹੈ ਤਾਂ ਉਹ ਟਾਈਮ ਤੋਂ ਪਹਿਲਾਂ ਜਾਓ ਤੇ ਉੱਥੇ ਜਾ ਕੇ ਜਿਹੜਾ ਤੁਸੀਂ ਹੈ ਟਾਈਮ ਸੇ ਜਿਹੜਾ ਉਹਨੂੰ ਡਿਪੋਜ਼ਿਟ ਕਰਾਓ ਠੀਕ ਹੈ ਜੀ ਸੋ ਉਮੀਦ ਹੈ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਹ ਇਹਦੇ ਵਿੱਚ ਦੱਸਦਾ ਆ ਕਿ ਤੁਹਾਨੂੰ ਕਿਹੜੀ ਕਿਹਣੀ ਚ ਜਿੰਦੀ ਲੋੜ ਆ ਠੀਕ ਹੈ ਸੋ ਸੰਦੀਪ ਸਿੰਘ ਕਲਾਸਿਸ ਵੱਲੋਂ UGC NET ਇਗਜ਼ਾਮ ਦੇਣ ਜਾ ਰਹੇ ਸਾਰਿਆਂ ਸਟੂਡੈਂਟ ਲਈ ਮੇਰੇ ਵੱਲੋਂ ਬੈਸਟ ਵਿਸ਼ੇਸ ਤੁਹਾਡਾ ਜਿਨ੍ਹਾਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਫਲ ਦੀ ਚਿੰਤਾ ਨਹੀਂ ਕਰਨੀ ਠੀਕ ਹੈ ਜੀ ਸੋ ਆਪਣੇ ਵੱਲੋਂ ਤੁਸੀਂ ਵਧੀਆ ਆਪਣਾ ਇਗਜ਼ਾਮ ਦੇਣਾ ਆ ਠੀਕ ਹੈ ਤੁਹਾਡੀ ਆਪਣੀ ਮਿਹਨਤ ਆ ਤਵਾ ਦਾ ਰਿਜ਼ਲਟ ਵੀ ਤੁਹਾਡੀ ਮਿਹਨਤ ਤੇ ਅਕੋਰਡਿੰਗ ਹੀ ਤੁਹਾਨੂੰ ਮਿਲੇਗਾ ਠੀਕ ਹੈ ਤੇ ਸੋ ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ